ਆ ਜਾ ਯਾ ਆ ਪਹੁੰਚਾ ਹੀ ਆ ਜਾ ਬੱਚਾ ਕਿੱਥੇ ਆ ਅੰਦਰੋਂ ਆ ਦੇਖੋ ਇਹਨੂੰ ਤਾਂ ਕਹੀ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਮਾਪਿਆਂ ਦੇ ਲਾਡਲੇ ਪੁੱਤ ਦੀ ਮੌਤ ਹੋ ਗਈ ਹੈ। ਜਦੋਂ ਉਹ ਸਕੂਲ ਵੇਲੇ ਛੁੱਟੀ ਤੋਂ ਬਾਅਦ ਘਰ ਆ ਰਿਹਾ ਸੀ ਤਾਂ ਰਾਹ ਦੇ ਵਿੱਚ ਇਹ ਸੜਕ ਹਾਦਸਾ ਵਾਪਰ ਗਿਆ। ਹੁਣ ਤੱਕ ਦੀ ਮੇਰੀ ਜਾਣਕਾਰੀ ਦੇ ਮੁਤਾਬਕ ਬਾਈਕ ਤੇ ਦੋ ਵਿਦਿਆਰਥੀ ਆ ਰਹੇ ਸਨ, ਜਿਨ੍ਹਾਂ ਦੇ ਵਿੱਚੋਂ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਹੈ ਜਦਕਿ ਦੂਜਾ ਹਸਪੀਟਲ ਦੇ ਵਿੱਚ ਜ਼ੇਰੇ ਇਲਾਜ ਹੈ। ਜਦੋਂ ਇਸ ਗੱਲ ਦਾ ਪਤਾ ਮਾਪਿਆਂ ਨੂੰ ਲੱਗਦਾ ਏ ਤਾਂ ਉਹ ਤੁਰੰਤ ਹਸਪੀਟਲ ਪਹੁੰਚਦੇ ਨੇ ਤੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਦੱਸਦੀ ਕਿ ਖਬਰ ਬਟਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਬੱਚੇ ਦੀ ਮੌਤ ਹੋ ਗਈ ਹੈ, ਵਿਦਿਆਰਥੀ ਦੀ ਮੌਤ ਹੋ ਗਈ ਹੈ। ਸ਼ਹਿਬਾਜ਼ ਸਿੰਘ ਬੱਚੇ ਦਾ ਨਾਂ ਦੱਸਿਆ ਜਾ ਰਿਹਾ ਹੈ। ਬਟਾਲਾ ਦੇ ਨਿੱਜੀ ਹਸਪੀਟਲ ਦੀਆਂ ਇਹ ਤਸਵੀਰਾਂ ਨੇ ਜਿੱਥੇ ਇੱਕ ਬੱਚਾ ਜ਼ੇਰੇ ਇਲਾਜ ਜਦਕਿ ਦੂਜੇ ਦੀ ਮੌਤ ਹੋ ਗਈ ਹੈ। ਐਕਸੀਡੈਂਟ ਬਟਾਲਾ ਦੇ ਨੇੜੇ ਪਿੰਡ ਬਹਾਦਰ ਹੁਸੈਨ ਪੈਟਰੋਲ ਪੰਪ ਦੇ ਨੇੜੇ ਵਾਪਰਿਆ ਹੈ। ਤਾਂ ਸਕੂਲ ਤੋਂ ਛੁੱਟੀ ਤੋਂ ਬਾਅਦ ਜਦੋਂ ਇਹ ਬੱਚਾ ਆਪਣੇ ਘਰ ਆ ਰਿਹਾ ਸੀ, ਆਪਣੇ ਘਰ ਬਾਈਕ 'ਤੇ ਆ ਰਿਹਾ ਸੀ ਦੂਜੇ ਵਿਦਿਆਰਥੀ ਦੇ ਨਾਲ, ਤਾਂ ਰਾਹ ਦੇ ਵਿੱਚ ਇਹ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ। ਦੂਜਾ ਵਿਦਿਆਰਥੀ ਗੰਭੀਰ ਜ਼ਖਮੀ ਹੈ ਜੋ ਹਸਪੀਟਲ ਦੇ ਵਿੱਚ ਜ਼ੇਰੇ ਇਲਾਜ ਹੈ। ਪਰ ਇਹ ਵਿਰਲਾਪ ਦੀਆਂ ਤਸਵੀਰਾਂ ਨੇ, ਵਿਰਲਾਪ ਚੱਲ ਨਹੀਂ ਹੋ ਰਿਹਾ, ਬੇਹੱਦ ਮੰਦਭਾਗੀ ਖਬਰ ਹੈ, ਦੁਖਦਾਈ ਖਬਰ ਹੈ। ਮਾਪਿਆਂ ਦੇ ਲਾਡਲੇ ਪੁੱਤ ਦੀ ਮੌਤ ਹੋ ਗਈ ਹੈ, ਇਸ ਜਹਾਨ ਤੋਂ ਤੁਰ ਗਿਆ, ਚਿਰਾਗ ਬੁੱਝ ਗਿਆ ਏ। ਪਰਿਵਾਰ ਦਾ ਸਹਾਰਾ ਸੀ ਜਿਸ ਦੀ ਮੌਤ ਹੋਈ ਹੈ। ਬੱਚਾ ਸਕੂਲ ਤੋਂ ਵਾਪਸ ਆ ਰਿਹਾ ਸੀ, ਰਾਹ ਦੇ ਵਿੱਚ ਇਹ ਹਾਦਸਾ ਵਾਪਰ ਗਿਆ ਹੈ। ਬਟਾਲਾ ਤੋਂ ਖਬਰ ਸਾਹਮਣੇ ਆਈ ਹੈ ਜਿੱਥੋਂ ਦਾ ਪਿੰਡ ਹੈ ਬਹਾਦਰ ਹੁਸੈਨ, ਜਿੱਥੇ ਪੈਟਰੋਲ ਪੰਪ ਦੇ ਨੇੜੇ ਇਹ ਹਾਦਸਾ ਵਾਪਰਿਆ। ਸਕੂਲ ਤੋਂ ਪਰਤਦਿਆਂ ਹੋਇਆਂ ਇਹ ਹਾਦਸਾ ਵਾਪਰਿਆ, ਇੱਕ ਸਕੂਲੀ ਬੱਚੇ ਦੀ ਦਰਦਨਾਕ ਮੌਤ ਹੋ ਗਈ ਹੈ ਅਤੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਛੁੱਟੀ ਹੋਣ ਵੇਲੇ ਘਰ ਜਾਂਦੇ ਸਮੇਂ ਇਹ ਹਾਦਸਾ ਵਾਪਰਿਆ, ਇੱਕ ਬੱਚੇ ਦੀ ਮੌਤ ਹੋ ਗਈ ਹੈ, ਦੂਜਾ ਹਸਪਤਾਲ ਦੇ ਵਿੱਚ ਭਰਤੀ ਹੈ।